ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸੋ ਸਿੱਧੂ ਮੂਸੇਵਾਲਾ ਦੇ ਘਰ ਦੁਬਾਰਾ ਖੁਸ਼ੀਆਂ ਆਉਣ ਜਾ ਰਹੀਆਂ ਨੇ ਇਸ ਦੀ ਪੁਸ਼ਟੀ। ਪਹਿਲਾਂ ਹੀ ਜਿਹੜੀ ਐ ਹੋ ਚੁੱਕੀ ਐ ਤੇ ਇੱਕ ਗੀਤ ਜੋ ਕਿ ਜਸਵਿੰਦਰ ਬਰਾੜ ਜੋ ਕਿ ਸਿੱਧੂ ਮੂਸੇਵਾਲਾ ਜੀ ਦੀ ਭੂਆ ਆਪਾਂ ਕਹਿ ਸਕਦੇ ਹਾਂ ਭੂਆ ਦਾ ਰਿਸ਼ਤਾ ਬਣਾਇਆ ਸੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਗੀਤ ਕੱਢਿਆ। ਇਹ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਇੱਕ ਜਿਹੜਾ ਪੋਸਟ ਵੀ ਸਾਂਝ ਕੀਤੀ ਹੈ ਆਪਣੇ ਸਭ ਨੇ ਦਿਲਾਂ ਦੀ ਧੜਕਣ ਸਾਡੇ ਪਿਆਰੇ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਵਾਪਸ ਪਾਉਣ ਲਈ ਇਸ ਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੇ ਦਿਲਾਂ ਦੀ ਜਿਹੜੀ ਅਰ ਇਹ ਜਿਹੜੂ ਤੁਸੀਂ ਦੇਖ ਸਕਦੇ ਹੋ ਨਿੱਕੇ ਪੈਰੀ ਜਿਹੜਾ ਗਾਣਾ ਰਿਲੀਜ਼ ਕੀਤਾ ਇਹਨਾਂ ਨੇ ਤੇ ਸਾਬਤ ਤੌਰ ਤੇ ਉਹ ਖੁਸ਼ੀਆਂ ਬਿਆਨ ਕਰਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਜਿਹੜੀਆਂ ਦੁਬਾਰਾ ਖੁਸ਼ੀਆਂ ਨੇ ਉਹ ਆਉਣ ਜਾ ਰਹੀਆਂ ਨੇ ਤੇ ਪਰਮਾਤਮਾ ਉਹ ਖੁਸ਼ੀਆਂ ਦੁਬਾਰਾ ਉਸ ਘਰ ਵਿੱਚ ਦੁਬਾਰਾ ਉਹ ਪੈਰ ਜਿਹੜੀਆਂ ਪਉਣ ਜਾ ਰਹੀਆਂ ਨੇ ਤੇ ਇਹ ਗਾਣਾ ਬਹੁਤ ਸੋਹਣਾ ਤੁਸੀਂ ਵੀ ਗਾਣਾ ਜਰੂਰ ਸੁਣਨਾ ਬਹੁਤ ਸੋਹਣਾ ਗਾਣਾ ਜਿਹੜਾ ਲਿਖਿਆ ਗਿਆ ਬੱਬੂ ਦੇ ਵੱਲੋਂ ਗਾਣਾ ਲਿਖਿਆ ਤੇ ਜਸਵਿੰਦਰ ਬਰਾੜ ਨੇ ਜਿਹੜਾ ਆਪਣੀ ਜ਼ੁਬਾਨ ਦੇ ਨਾਲ ਹੀ ਇਹ ਜਿਹੜਾ ਗੀਤ ਪੇਸ਼ ਕੀਤਾ ਤੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਬਹੁਤ ਸੋਹਣਾ ਖ਼ਬਰ ਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਲਦੀ ਹੀ ਆਪਾਂ ਨੂੰ ਹਵੇਲੀ ਦੇ ਵਿੱਚੋਂ ਉਹ ਜਿਹੜਾ ਸਿੱਧੂ ਹੈ ਇੱਕ ਵਾਰ ਫੇਰ ਤੋਂ ਜਿਹੜਾ ਤੋਤਲੀ ਜੀ ਜ਼ੁਬਾਨ ਦੇ ਵਿੱਚ ਬੋਲਦਾ ਨਜ਼ਰ ਆਊਗਾ ਸੋ ਉਮੀਦ ਕਰਦੇ ਹਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡਾ ਸਿੱਧੂ ਵਾਪਸ ਆ ਜਾਏ ਬਾਕੀ ਤੁਸੀਂ ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਜਸਟਿਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਤੇ ਤੁਹਾਨੂੰ ਕਿੰਨੀ ਖੁਸ਼ੀ ਹੈ ਉਹ ਵੀ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ